ਨਾ ਇੱਕ ਐਫ ਆਈ ਆਰ ਲੌਜ ਹੋਈ ਸੀ ਆਪਣੇ ਮਹਿਤੇ ਥਾਣੇ ਦੇ ਵਿੱਚ 25 ਤਰੀਕ ਨੂੰ ਕਰੀਬ 10:25 'ਤੇ ਇੱਕ ਖੋਹ ਹੋਈ ਸੀਗੀ 22 ਲੱਖ ਰੁਪਏ ਦੀ। ਵਿਕਾਸ ਮਹਾਜਨ ਜਿਹੜੇ ਉਹ ਲੈ ਕੇ ਜਾ ਰਹੇ ਸੀ ਪੈਸੇ, ਕੋਈ ਜਲੰਧਰ ਉਹਨਾਂ ਨੇ ਗੱਡੀ ਲੈਣੀ ਸੀਗੀ ਵਾਇਆ ਬਟਾਲਾ ਹੋ ਕੇ ਤਾਂ ਮਹਿਤਾ ਹੋ ਕੇ ਜਲੰਧਰ ਨੂੰ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਖੋਹ ਹੋਈ ਆ, ਬੰਦੇ ਉਹਨਾਂ ਨੂੰ ਪਏ ਨੇ। ਜਦੋਂ ਖੋਹ ਹੋਈ ਆ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਲੌਜ ਕੀਤੀ, ਐਫ ਆਈ ਆਰ ਨੰਬਰ 115, ਜੁਰਮ ਸੀਗਾ 379B 427 323। ਖੋਹ ਹੋਣ ਤੋਂ ਬਾਅਦ ਐਸ ਐਸ ਪੀ ਸਾਹਿਬ ਨੇ ਇਮੀਜੀਏਟਲੀ ਜਿਹੜੀ ਆ ਟੀਮ ਬਣਾਈ, ਵਿੱਚ ਮੈਨੂੰ ਐਸ ਪੀ ਇਨਵੈਸਟੀਗੇਸ਼ਨ ਦੇ ਨਾਲ ਡੀ ਐਸ ਪੀ ਸੁਖਜਿੰਦਰ ਜੀ ਆਪਣੇ ਇਹਨਾਂ ਨੂੰ ਨਾਲ ਲਾਇਆ, ਮੈਂ ਅਤੇ ਐਸ ਐਚ ਓ ਸਾਹਿਬ ਨੂੰ ਨਾਲ ਲਾ ਕੇ, ਤਾਂ ਅਸੀਂ ਘੱਟ ਤੋਂ ਘੱਟ 10 ਟੀਮਾਂ ਜਿਹੜੀਆਂ ਉਹ ਤਿਆਰ ਕੀਤੀਆਂ ਨੇ ਅਤੇ ਸਾਈਬਰ ਸੈੱਲ ਦੀ ਵੀ ਅਸੀਂ ਇਸ ਦੇ ਵਿੱਚ ਮਦਦ ਲਈ ਹੈ। ਜਦੋਂ ਅਸੀਂ ਇਸ ਇਨਵੈਸਟੀਗੇਸ਼ਨ ਕਰ ਰਹੇ ਸੀ ਅਤੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਡਰਾਈਵਰ ਹੈ ਰਵਿੰਦਰ ਸਿੰਘ ਕਾਲਾ, ਜੋ ਕਿ ਉਹ ਗੱਡੀ ਚਲਾ ਰਿਹਾ ਸੀ ਜਿਸ ਗੱਡੀ 'ਚ ਖੋਹ ਹੋਈ ਸੀਗੀ, ਇਹਨਾਂ ਦੀ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਦੇ ਡਿਪਟੀ ਸਾਹਿਬ, ਐਸ ਐਚ ਓ ਸਾਹਿਬ, ਸਾਈਬਰ ਸੈੱਲ ਦੇ ਥਰੂ। ਜਦੋਂ ਅਸੀਂ ਇਹਨਾਂ ਦੇ ਕੋਲ ਸਾਰੇ ਉੱਥੇ ਦੇ ਫੁਟੇਜ, ਮਤਲਬ ਜਿੱਦਾਂ ਕੈਮਰੇ ਲੱਗੇ ਸੀ, ਉਹ ਸਾਰੇ ਖੰਗਾਲੇ ਨੇ। ਫਿਰ ਸਾਡੀ ਇਨਵੈਸਟੀਗੇਸ਼ਨ 'ਚ ਅਰਵਿੰਦਰ ਸਿੰਘ ਕਾਲਾ ਜਿਹੜਾ ਹੈਗਾ, ਇਹਦਾ ਸ਼ੜਯੰਤਰ ਅਤੇ ਇਹਦੇ ਨਾਲ ਜਿਹੜੇ ਨਾ ਬੰਦਿਆਂ ਨੇ ਰਚਿਆ ਸੀਗਾ, ਇਹਨਾਂ ਨੂੰ ਪਤਾ ਸੀਗਾ ਕਿ ਇਹ ਅੱਜ ਪੈਸੇ ਲੈ ਕੇ ਇਹਨਾਂ ਨੇ ਜਾਣਾ, ਅਤੇ ਇਹਨਾਂ ਨੇ ਉਹਨਾਂ ਨਾਲ ਟਾਈ ਅਪ ਕਰਕੇ ਪਹਿਲਾਂ ਰੈਕੀ ਕੀਤੀ ਉਹਨਾਂ ਬੰਦਿਆਂ ਨੇ, ਉਹ ਗੱਡੀ ਵੀ ਅਸੀਂ ਰਿਕਵਰ ਕਰ ਲਈ ਆ ਕਲਾਨੌਰ ਥਾਣੇ ਦੇ ਵਿੱਚ। ਅਤੇ ਉਸ ਤੋਂ ਬਾਅਦ ਐਸ ਐਸ ਪੀ ਸਾਹਿਬ ਦੀ ਡੇਲੀ ਡਾਇਰੈਕਸ਼ਨ ਆਉਣੀ ਇਸ ਚੀਜ਼ ਦੇ ਪੱਖ 'ਤੇ, ਦੇਖੋ ਦੇਖੋ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੂੰ ਲਿਖ ਕੇ ਭੇਜਿਆ ਹੋਇਆ ਸੀ ਕਿ ਆਹ ਬੰਦਿਆਂ ਨੇ ਜਿਹੜੀ ਆ ਖੋਹ ਕੀਤੀ ਆ, ਅਤੇ ਇਹਨਾਂ ਨੂੰ ਜਿੱਥੇ ਵੀ ਇਹ ਫੜੇ ਜਾਣ। ਅਤੇ ਫਿਰ ਸਾਨੂੰ ਪਤਾ ਲੱਗਿਆ ਜਦੋਂ ਕਾਲੇ ਦੀ ਪੁੱਛਗਿੱਛ ਦੇ ਵਿੱਚ ਵੀ ਆਹ ਬੰਦੇ ਸਾਡੇ ਸੀਗੇ, ਇੱਕ ਸੀਗਾ ਨਿਰਮਲ ਸਿੰਘ, ਸੁਖਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਇੱਕ ਬੰਦਾ ਹੋਰ ਆ। ਅੱਜ ਅਸੀਂ ਇਹਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਾਂਗੇ, ਉੱਥੇ ਰਿਮਾਂਡ ਲਵਾਂਗੇ, ਜਿਹੜੇ ਜਿਹੜੇ ਬੰਦੇ ਹੋਰ ਵੀ ਹੋਣਗੇ ਉਹਨਾਂ ਨੂੰ ਵੀ ਅਸੀਂ ਰਾਊਂਡ ਅਪ ਕਰਕੇ ਪੁੱਛਗਿੱਛ ਕਰਾਂਗੇ। ਹੁਣ ਕਲਾਨੌਰ ਜਿਹੜੇ ਬੰਦੇ ਫੜੇ ਗਏ ਆ, ਸਾਡੇ ਹੀ ਅਫਸਰਾਂ ਦੇ ਡੀ ਐਸ ਪੀ ਸਾਹਿਬ ਨੇ, ਐਸ ਐਚ ਓ ਸਾਹਿਬ ਨੇ ਉੱਥੇ ਦੇ ਐਸ ਐਚ ਓ ਕਲਾਨੌਰ ਨੂੰ ਕਿਹਾ ਸੀਗਾ ਕਿ ਤੁਹਾਡੇ ਏਰੀਏ 'ਚ ਜਿਹੜੇ ਆ ਬੰਦੇ ਘੁੰਮ ਰਹੇ, ਅਤੇ ਉਹਨਾਂ ਨੇ ਰਾਊਂਡ ਅਪ ਕਰਕੇ ਉੱਥੇ ਵੀ ਇੱਕ ਐਫ ਆਈ ਆਰ ਜਿਹੜੀ ਆ ਉਹਨਾਂ 'ਤੇ ਦਰਜ ਕਰ ਲਈ ਆ। ਅਤੇ ਉੱਥੇ ਉਹਨਾਂ ਨੇ ਰਿਕਵਰੀ ਕੀਤੀ ਆ 10,57,000 ਇਹ ਕਲਾਨੌਰ ਥਾਣੇ 'ਚ, ਅਤੇ ਹਾਲੀ ਹੋਰ ਰਿਕਵਰੀ ਕਰਨਾ ਵੀ ਬਾਕੀ ਆ। ਅਤੇ ਹੁਣ ਉਹ ਜਿਹੜੇ ਬੰਦੇ ਹੈਗੇ ਅਸੀਂ ਪੁਲਿਸ ਪ੍ਰੋਟੈਕਸ਼ਨ ਵਰੰਟ 'ਤੇ ਉਹਨਾਂ ਨੂੰ ਲੈ ਕੇ ਆਵਾਂਗੇ, ਫਿਰ ਉਹਨਾਂ ਦਾ ਪੁੱਛਗਿੱਛ ਕਰਾਂਗੇ। ਅਤੇ ਇਹ ਬਹੁਤ ਵੱਡਾ ਗੈਂਗ ਲੱਗ ਰਿਹਾ ਜਿਸ ਹਿਸਾਬ ਨਾਲ ਇਹਨਾਂ ਨੇ ਖੋਹ ਕੀਤੀ ਆ, ਹੋਰ ਵੀ ਅਸੀਂ ਕੁਛ ਖੰਗਾਲ ਰਹੇ ਕਿ ਹੋਰ ਵੀ ਇਹਨਾਂ ਨੇ ਕੋਈ ਖੋਹਾਂ ਤਾਂ ਨਹੀਂ ਕੀਤੀਆਂ ਹੋਈਆਂ, ਉਹ ਸਾਰੇ ਐਂਗਲਾਂ 'ਤੇ ਆਪਾਂ ਚੈੱਕ ਕਰ ਰਹੇ ਨੇ। ਸਰ ਜਿਹੜੇ 4 ਟੋਟਲ ਕੀਤੇ ਗਏ ਨੇ ਗ੍ਰਿਫਤਾਰ, ਇਹ ਕਿੱਥੋਂ ਕਿੱਥੇ ਕੀਤੇ ਗਏ ਨੇ? ਕਲਾਨੌਰ ਅਤੇ ਕਲਾਨੌਰ 3 ਬੰਦੇ ਕੀਤੇ ਗਏ, ਇੱਕ ਅਸੀਂ ਪਹਿਲਾਂ ਕਰ ਲਿਆ ਸੀਗਾ ਕਾਲਾ, ਹਾਂਜੀ, ਇਹਨੂੰ ਉੱਥੋਂ ਬਟਾਲੇ ਤੋਂ ਭੁੱਲਰ ਪਿੰਡ ਤੋਂ ਜਿਹੜਾ ਡਰਾਈਵਰ ਸੀਗਾ ਨਾ ਮੇਨ, ਜਦੋਂ ਗੱਡੀ ਇਹ ਚਲਾ ਰਿਹਾ ਸੀ ਆਪ, ਤਾਂ ਇਹਨੇ ਹੀ ਸਾਰਿਆਂ ਨੂੰ ਦੱਸਿਆ ਸੀ ਕਿ ਅੱਜ ਇਹ ਪੈਸੇ ਲੈ ਕੇ ਚੱਲੇ ਨੇ। ਕੋਈ ਹੋਰ ਬੰਦਾ ਰਹਿ ਗਿਆ ਜੀ ਇਹਨਾਂ 'ਚੋਂ? ਇਹਨਾਂ 'ਚੋਂ ਇੱਕ ਬੰਦਾ ਹੋਰ ਆ, ਹਾਲੀ ਪੁੱਛਗਿੱਛ ਕਰਾਂਗੇ ਇਹਨਾਂ ਤੋਂ, ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਜਿਹੜੇ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਆਪਾਂ ਰਾਊਂਡ ਅਪ ਕਰਾਂਗੇ। ਹੁਣ ਵੀ ਸਾਡੀਆਂ 10 ਟੀਮਾਂ ਜਿਹੜੀਆਂ ਫੜਨ ਦੇ ਵਿੱਚ ਲੱਗੀ ਹੋਈਆਂ, ਅਤੇ ਅਸੀਂ ਇਹਨੂੰ ਮੁਕੱਦਮੇ ਨੂੰ ਬਹੁਤ ਜਲਦੀ ਜਿਹੜਾ ਟਰੇਸ ਕੀਤਾ, ਡੀ ਐਸ ਪੀ ਸਾਹਿਬ, ਐਸ ਐਚ ਓ ਸਾਹਿਬ ਔਰ ਜਿਹੜੀ ਇਹਨਾਂ ਦੀ ਟੀਮ ਸਾਈਬਰ ਸੈੱਲ ਵਾਲੇ, ਬਹੁਤ ਇਹਨਾਂ ਨੇ ਮਿਹਨਤ ਕੀਤੀ ਰਾਤ ਦਿਨ, ਜਿਹੜਾ ਇਹਨਾਂ ਨੂੰ ਆਪਾਂ ਟਰੇਸ ਕਰ ਪਾਏ ਨੇ। ਇਹ ਡਰਾਈਵਰ ਸੀਗਾ ਉਹਨਾਂ ਦਾ, ਇਹਨੂੰ ਸਾਰਾ ਪਤਾ ਸੀਗਾ ਕਿ ਇਹਨਾਂ ਨੇ ਅੱਜ ਪੈਸੇ ਲੈ ਕੇ ਜਾਣਾ। ਗੈਂਗ ਦੇ ਨਾਲ, ਉਹਨਾਂ ਦੇ ਪਿੰਡ ਦੇ ਸੀਗਾ ਬੰਦਾ, ਜਿਹੜਾ ਗੈਂਗ, ਜਿਹੜਾ ਗੈਂਗ ਜਿਹਨੇ ਇਹ ਕੀਤਾ ਹੋਇਆ ਸਾਰਾ। ਉਹ ਉਹਨਾਂ ਦੀ ਪ੍ਰਾਈਵੇਟ ਗੱਡੀ ਸੀ ਆਪਣੀ, ਹਾਂਜੀ ਹਾਂਜੀ ਹਾਂਜੀ, ਉਹ ਗੱਡੀ ਵੀ ਰਿਕਵਰ ਹੋ ਗਈ ਆਪਣੇ ਕੋਲ, ਜਿਹਦੇ ਨਾਲ ਇਹਨਾਂ ਨੇ ਰੈਕੀ ਕੀਤੀ ਸੀਗੀ। ਉਹ ਅਸੀਂ ਪਤਾ ਕਰਾ ਰਹੇ ਨੇ ਕਿ ਐਫ ਆਈ ਆਰਾਂ ਵਗੈਰਾ ਉਹਨਾਂ 'ਤੇ ਹੋਰ ਵੀ ਆ, ਲਿਖ ਕੇ ਭੇਜਿਆ, ਹਾਲੇ ਤੱਕ ਆਇਆ ਨਹੀਂ, ਜਦੋਂ ਹੀ ਆਏਗਾ
मैं जरूर मीडिया से दसा। ड्राइवर का कोई पिछला क्रिमिनल रिकॉर्ड नहीं? ड्राइवर का है नहीं क्रिमिनल रिकॉर्ड होर कोई। चार साल